أعوذ بالله من الشيطان الرجيم. بسم الله الرحمن الرحيم. الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين بسم الله الرحمن الرحيم ألف لام ذلك الكتاب لا ريب فيه هدى للمتقين الذين يؤمنون بالغيب ويقيمون الصلاة ومما رزقناهم ينفقون सारे शोर पा लो कि शोर पा लो इथे लफ्ज आया मस एदा तर्जमा की कीता है तुहाडे इमाम ने दसो एदा इमाम अगर तर्जमा गलत है तुहाडे इमाम ने कीता है अगर तर्जमा सही है ओनू तस्लीम करो ते मैं तां क्यों पेश कीता तर्जमा जेड़ा तुहाडा है मैं अपना ते कीता ही नहीं इसे वास्ते मैं कह रहा सा मेरे नजदीक ते छूना जेड़ा है वो किसे तरह छू लो हाथ नाल ही छूना जे कि होर किसे शहर नाल छूना जे की इथे लिखा पैर नाल छू लो मैं कहना छूना भी नहीं ठीक और यह तर्जमा तुहाडा मेरा नहीं अगर उन्होंने मस का माणा को किया तो तुम दस दो की किया है यह गल दूजे नंबर ते है की बयान किया है मस का माणा मुझे शैतान ने तकलीफ और इजा लगा दी मुझे शैतान ने अच्छा तो करो जो तर्जमा मस का उन्होंने किया दसो कि लफ्ज का तर्जमा है मस का और अगे जनाब अली आगे जी अगर नमाज छड़ने वजू नहीं टुट जाता नमाज छड़ने वजू कितने तर्जमा सारा वेख लो ऐत नंबर 41 अपने स्वाद अगे जनाब फिर मस का माणा आप नहीं करते मैं ना छूना कर दौ कि नहीं छूना कर दौ कि नहीं कुछ कर दौ कि नहीं छूना कर दौ तो मान लिया अच्छा देखो जी महसूस हो मेरा नमा ये पानी जो हाथों में लिया जाए हाथों से लिया जाए मान मस किया मस नी कि मां कि मस किया मां पानी कि मस किया कि मस किया उ कर लो नहीं ਇਹੋ ਹੀ ਗੱਲ ਹੋਰ ਕੀ ਮਸੂਸ ਮੇਰੇ ਨਾਲ ਮਾਂ
पानी का मस करना किवें करदे हो जिवें करदे हो उवें कर लो मैं कहना छूना भी कह दियो फिर अगे लिखा जी साफ पानी नमकीन पानी प्याज धाने वाला पानी अच्छा तुसी कोई माना कर लो एदा छूना ही कर लो एदा जो दिल करदा कर लो गल तो असल हो रही है बगाने की बहस हो रही है बगाने की पकड़न का जिक्र अच्छा आहो बगाने की तुसा बखाने बगाने की बगाने के फड़न की गल हो रही है ओदे वाल जांदे नहीं पै तुसी ओथे दीस अपने भी पढ़ लीजिए जेकर बगाने वाल नहीं जांदे पै ते बगाने नूं की करना है जी बगाने का बखाओ छूना अच्छा जनाब कह आगे फिर जी आगे हवाला कह आगे हवाला जनाब ਤੁਸੀਂ ਨਾ ਹੁਣ ਬਗਾਨੇ ਦਾ ਛੂਣੇ ਵਿਖਾਣਾ ਕਿਸੇ ਦੀ ਚੋਂ ਕੱਢ ਕੇ ਅਗਰ ਜੀ ਹਵਾਲਾ ਨੀ ਇਹਨਾਂ ਵਿਖਾਇਆ ਲਿਖਿਆ ਤੇ ਨਏ ਸੀ ਆਲਮਗੀਰੀ ਤੇ ਉਹਦੇ ਚ ਗੁਸਲ ਵਿਖਾਉਂਦੇ ਨੇ ਤੇ ਕੀ ਵਾਲੀ ਇਲਾਜ ਆ ਫਿਰ ਬਹੀਮਾ ਵਾਲ ਮਹਿਦਾ ਦਾ ਸਗੀਰਾ ਕਿਲਾ ਦੀ ਇਹ ਛੋਟਾ ਜਾਣਾ ਹੋਵੇ ਬੱਚੀ ਹੋਵੇ ਮੁਰਦਾ ਹੋਵੇ ਤੇ ਭਾਵੇਂ ਖੋਤੀ ਹੋਵੇ ਉਹਦੇ ਨਾਲ ਕਰ ਲਿਆ ਏ ਤੇ ਲਾ ਯੂਜਬਲ ਗੁਸਲਾ ਆਂਦੇ ਨੇ ਗੁਸਲ ਹੀ ਨਹੀਂ ਨਾ ਉਹ ਨਹਾਉਣਾ ਹੀ ਨਹੀਂ ਨਾ ਪਿਆ ਮੇਰਾ ਮਤਲਬ ਖੋਤੀ ਨੂੰ ਛੱਡ ਕੇ ਜਿਹੜਾ ਬੰਦਾ ਜਾ ਕੇ ਗੁਸਲ ਕਰਨ ਤੋਂ ਬਗੈਰ ਮਸੀਤ ਦੇ ਅੱਗੇ ਖੜੋ ਜਾਏਗਾ ਉਹ ਪਸੰਦ ਕਰ ਲਿਆ ਜੇ ਤੇ ਫਿਰ ਗੁਸਲ ਤੁਹਾਨੂੰ ਮੈਂ ਕਿੰਨੀ ਵਾਰੀ ਦੱਸਿਆ ਜਿਹੜਾ ਗੁਸਲ ਹੈ ਨਬੀ ਦਾ ਸਾਹਮਣੇ ਸੁਣਨ ਦੇ ਮੁਤਾਬਕ ਉਹ ਇਹ ਹੈ ਕਿ ਪਹਿਲੂ ਵਜ਼ੂ ਕਰੋ ਫਿਰ ਗੁਸਲ ਕਰੋ ਪਹਿਲੂ ਵਜ਼ੂ ਕਰੋ ਫਿਰ ਗੁਸਲ ਕਰੋ ਇਹਦੇ ਵਿੱਚ ਨੇ ਦੋਵੇਂ ਗੱਲਾਂ ਆਈਆਂ ਆਲਮਗੀਰੀ ਚ ਅਗੇ ਜੀ ਆਲਮਗੀਰੀ ਨੇ ਵਿਖਾਈ ਮੈਂ ਤੇ ਆਲਮਗੀਰੀ ਵਿਖਾਣਾ ਪਿਆ ਤੁਸੀਂ ਵੇਖਣ ਦੀ ਹਿੰਮਤ ਨਹੀਂ ਕਰਦੇ ਪਿਆ ਔਰ ਅੱਗੇ ਜਨਾਬ ਵਾਲੀ ਆ ਦੂਜਾ ਖਾਲਸ ਵਜ਼ੂ ਵਾਲਾ ਵੀ ਇਹ ਵੀ ਤੁਹਾਨੂੰ ਵਿਖਾਈ ਇਬਾਰਤ ਇਹ ਦੁਰੇ ਮੁਖਤਾਰ ਚੋਂ ਇਹ ਵੀ ਤੇ ਤੁਸੀਂ ਫਿਰ ਕਿਤਾਬਾਂ ਦਾ ਮੈਂ ਤੇ ਸਵੇਰ ਦਾ ਨਾ ਪਿਆ ਕਰੋ ਇਨਕਾਰ ਦੂਜੀਆਂ ਦਾ ਮੈਂ ਲੈ ਕੇ ਦਿੱਤਾ ਆਪਣੀ ਜਰਤ ਵਿੱਚ ਕਿ ਫਿਕਰ ਵੀ ਕੀ ਕੁਤਬ ਸੇ ਦਿਖਾਣਾ ਹੋਗਾ ਫਿਕਰ ਵੀ ਕੀ ਕੁਤਬ ਸੇ ਆਖੋ ਫਿਕਰ ਵੀ ਦੀ ਕਿਤਾਬ ਨਹੀਂ ਆਖੋ ਇਹ ਫਿਕਰ ਵੀ ਦੀ ਕਿਤਾਬ ਦੁਰੇ ਮੁਖਤਾਰ ਨਹੀਂ ਮੈਂ ਵਿਖਾ ਦਿੱਤਾ ਕਿ ਜਨਾਬ ਅਲੀ ਭਾਵੇਂ ਬਹੀਮਾ ਹੋਵੇ ਜਾਨਵਰ ਹੋਵੇ ਮੁਰਦਾ ਹੋਵੇ ਬੱਚੀ ਹੋਵੇ ਇਨ ਗਾਬਤ ਅਲ ਹਸ਼ਫਾ ਵਲਾ ਯਮ ਤਕਦੁਲ ਵਜ਼ੂ ਔਰ ਭਾਵੇਂ ਵਿੱਚ ਵੜ ਗਿਆ ਹੈ ਵਜ਼ੂ ਨਹੀਂ ਜੇ ਟੁੱਟਾ ਨਹੀਂ ਜੇ ਟੁੱਟਾ ਨਹੀਂ ਜੇ ਟੁੱਟਾ ਦੁਰੇ ਮੁਖਤਾਰ ਵੀ ਆਂਦਾ ਨਹੀਂ ਟੁੱਟਾ ਆਲਮਗੀਰੀ ਵੀ ਆਂਦੀ ਹੈ ਗੁਸਲ ਨਹੀਂ ਟੁੱਟਾ ਤੇ ਨਾਲ ਵਜ਼ੂ ਵੀ ਸਾਫ਼ ਸਾਰ ਹੈ ਨਹੀਂ ਟੁੱਟਾ ਗੁਸਲ ਜਦੋਂ ਕਰੀਏ ਤੇ ਵਜ਼ੂ ਪਹਿਲੂ ਕਰੀਦਾ ਇਹ ਤੇ ਤੁਹਾਨੂੰ ਸਮਝਣ ਦੀ ਗੱਲ ਸੀ ਨਾ ਇਹ ਤੁਹਾਨੂੰ ਪਤਾ ਹੀ ਨਹੀਂ ਫਿਰ ਸੁਣਨ ਦੇ ਮੁਤਾਬਕ ਗੁਸਲ ਕਿਵੇਂ ਕਰੀਦਾ ਇਹ ਮੈਂ ਦੋਵੇਂ ਬਾਤਾਂ ਵਿਖਾ ਦਿੱਤੀਆਂ ਨੇ ਤੁਹਾਨੂੰ ਤੇ ਅਜੇ ਤੱਕ ਤੁਸੀਂ ਇੱਧਰ ਉੱਧਰ ਹੁਣ ਹਿੱਲਦੇ ਨਹੀਂ ਪਏ ਆਂਦੇ ਜੀ ਇਹਦੇ ਨਾਲ ਨਾਕ ਤੇ ਵਜ਼ੂ ਕੀ ਹੈ ਤੇ ਦੂਜੇ ਦਾ ਫੜ ਲਈਏ ਚਲੋ ਨਹੀਂ ਤੇ ਫਿਰ ਮੰਨ ਲਵੋ ਜੇ ਨਹੀਂ ਨਾਕ ਲੋ ਜੀ ਪ੍ਰੋਫੈਸਰ ਸਾਹਿਬ ਕੋਲੋਂ ਪਹਿਲੇ ਹਵਾਲੇ ਮੰਗੇ ਨੇ ਕਿ ਵਜ਼ੂ ਬਿਲਾ ਨੀਅਤ ਦੁਰੇ ਮੁਖਤਾਰ ਦੇ ਹਵਾਲੇ ਨਾਲ ਉਹਨਾਂ ਲਿਖਿਆ ਕਿ ਦੁਰੇ ਮੁਖਤਾਰ ਦੇ ਲਿਖਿਆ ਕਿ ਬਿਲਾ ਨੀਅਤ ਵਜ਼ੂ ਜਾਇਜ਼ ਹੈ ਦੁਰੇ ਮੁਖਤਾਰ ਦੇ ਵਿੱਚੋਂ ਇਹ ਸਾਬਤ ਨਹੀਂ ਕਰ ਸਕੇ ਅੱਗੇ ਆਲਮਗੀਰੀ ਦੇ ਹਵਾਲੇ ਦੇ ਨਾਲ ਆਲਮਗੀਰੀ ਦੇ ਹਵਾਲੇ ਨਾਲ ਇਹਨਾਂ ਨੇ ਲਿਖਿਆ ਕਿ ਯਾਨੀ ਆਪਣਾ ਨਸ਼ਾਵਰ ਨਬੀ ਜਿਹੜੇ ਉਹਦੇ ਨਾਲ ਵਜ਼ੂ ਕਰਨਾ ਜਾਇਜ਼ ਹੈ ਇਮਾਮ ਅਬੂ ਹਨੀਫਾ ਦੇ ਨਜ਼ਦੀਕ ਜਦਕਿ ਆਲਮਗੀਰੀ ਦੇ ਵਿੱਚ ਇਮਾਮ ਅਬੂ ਹਨੀਫਾ ਰਹਿਮਤੁਲਾ ਅਲੈਹ ਦਾ ਰੁਜੂ ਸਾਬਤ ਹੈ ਕਿ ਉਹਨਾਂ ਨੇ ਇਮਾਮ ਅਬੂ ਯੂਸਫ ਰਹਿਮਤੁਲਾ ਅਲੈਹ ਦੇ ਕੌਲ ਵੱਲ ਰੁਜੂ ਕਰ ਲਿਆ ਔਰ ਇਸ ਤੋਂ ਇਲਾਵਾ ਇਹਨਾਂ ਨੇ ਚੌਥੇ ਨੰਬਰ ਤੇ ਇਹ ਗੱਲ ਲਿਖੀ ਹੈ ਕਿ ਹਿਦਾਇਤ ਦੇ ਵਿੱਚ ਲਿਖਿਆ ਹੈ ਮੁਬਾਸ਼ਰ ਤੇ ਫਾਹਿਸ਼ਾ ਯਾਨੀ ਸ਼ਰਮਗਾਹ ਆਪਸ ਵਿੱਚ ਮਿਲ ਜਾਣ ਤੇ ਵਜ਼ੂ ਨਹੀਂ ਟੁੱਟਦਾ ਇਹ ਹਿਦਾਇਤ ਦੇ ਵਿੱਚੋਂ ਨਹੀਂ ਹਵਾਲਾ ਦੇ ਸਕੇ ਇਸ ਤੋਂ ਇਲਾਵਾ ਪੰਜਵੇਂ ਨੰਬਰ ਤੇ ਇਹਨਾਂ ਨੇ ਲਿਖਿਆ ਕਿ ਮੱਸੇ ਜ਼ਕਰ ਦੇਣਾ ਹਾਂਜੀ ਇਹ ਜ਼ਕਰ ਨੂੰ ਪਕੜਨ ਦੇ ਨਾਲ ਜਿਹੜਾ ਇਹ ਵਜ਼ੂ ਨਹੀਂ ਟੁੱਟਦਾ ਉੱਥੇ ਪਕੜਨ ਦਾ ਕਿਤੇ ਵੀ ਸਾਬਤ ਨਹੀਂ ਕਰ ਸਕੇ ਹਾਂਜੀ ਇਹ ਪੰਜ ਹਵਾਲੇ ਸਾਬਤ ਨਹੀਂ ਕਰ ਸਕੇ ਛੇਵਾਂ ਹਵਾਲਾ ਇਹਨਾਂ ਨੇ ਆਲਮਗੀਰੀ ਦਾ ਹਵਾਲਾ ਦਿੱਤਾ ਕਿ ਆਲਮਗੀਰੀ ਚ ਲਿਖਿਆ ਕਿ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਵਜ਼ੂ ਨਹੀਂ ਟੁੱਟਦਾ ਇਹਨਾਂ ਪੰਜਾਂ ਚੀਜ਼ਾਂ ਦੇ ਨਾਲ ਇਹਨਾਂ ਦੇ ਯਾਨੀ ਜਾਨਵਰ ਦੇ ਨਾਲ ਜਮਾ ਕਰੀਏ ਜਾਂ ਬੱਚੀ ਦੇ ਨਾਲ ਤੇ ਵਜ਼ੂ ਨਹੀਂ ਟੁੱਟਦਾ ਹਾਂਜੀ ਤੇ ਉਹ ਮਸਲਾ ਜਿਹਨੇ ਬਿਆਨ ਨਹੀਂ ਕਰ ਰਹੇ ਆਲਮਗੀਰੀ ਦੇ ਵਿੱਚੋਂ ਸਾਨੂੰ ਦਿਖਾ ਗੱਲ ਤੇ ਕਿਸ ਚੀਜ਼ ਦੀ ਹੋਈ ਹੈ ਇਹਨਾਂ ਸਫ਼ਾ 14-15 ਕਿਉਂ ਹੋਰ ਕੋਈ ਮਸਲੇ ਦੀ ਯਾਨੀ ਨਹੀਂ ਬਿਆਨ ਹੋਈ ਸਫ਼ਾ 14-15 ਦੀ ਬਿਆਨ ਹੋਈ ਅਗਰ ਕੋਈ ਹੋਰ ਮਸਲਾ ਹੈ ਉਸ ਤੇ ਅਲੱਗ ਮੁਨਾਜ਼ਰਾ ਕੀਤਾ ਜਾ ਸਕਦਾ ਇਸ ਵਕਤ ਜਿਹੜਾ ਏਜੰਡਾ ਹੈ ਉਹ ਸਿਰਫ ਔਰ ਸਿਰਫ ਇਹਨਾਂ ਇਬਾਰਤਾਂ ਨੇ ਹਾਂਜੀ ਕਿ ਜਿਹੜੇ ਮਸਲੇ ਇੱਥੇ ਲਿਖੇ ਤਹਿਰੀਰ ਦੇ ਵਿੱਚ ਹੋਈ ਉਹ ਗੁਸਲ ਵਾਲਾ ਮਸਲਾ ਵੀ ਕੋਈ ਅਲੱਗ ਉਹ ਮੌਜੂਦ ਬਾਰ ਹੈ ਅਗਰ ਉਸ ਦੇ ਉੱਤੇ ਉਹ ਅਗਰ ਤੇਰੇ ਪਾਸ ਲੈਂਦੇ ਨੇ ਕਿ ਉਹ ਮੌਜੂਦ ਹਟ ਕੇ ਉਹਦੇ ਵਾਸਤੇ ਵੀ ਅਸੀਂ ਤਿਆਰ ਹਾਂ ਉਹਦੇ ਵਾਸਤੇ ਸਾਨੂੰ ਅਲੱਗ ਦਿਨ ਦੇ ਅਸੀਂ ਇਨਸ਼ਾਅੱਲਾ ਚੈਲੰਜ ਕਰਨਾ ਉਸ ਤੇ ਵੀ ਅਸੀਂ ਮੁਨਾਜ਼ਰਾ ਕਰਨ ਵਾਸਤੇ ਤਿਆਰ ਲੇਕਿਨ ਅੱਜ ਅਸੀਂ ਸਿਰਫ ਔਰ ਸਿਰਫ ਆਲਮਗੀਰੀ ਦੇ ਵਿੱਚੋਂ ਇਹ ਚੀਜ਼ਾਂ ਦੇਖਣਾ ਚਾਹੁੰਦੇ ਹਾਂ ਇਹ ਜਿੰਨੇ ਮਸਲੇ ਬਿਆਨ ਕੀਤੇ ਨੇ ਇਹ ਤਰਤੀਬ ਦੇ ਨਾਲ ਬਹਵਾਲਾ ਸਾਨੂੰ ਸਾਬਤ ਕਰਦੇ ਹਨ ਇਹ 6 ਦੇ 6 ਮਸਲੇ ਜਿਹੜੇ ਨੇ ਉਹਨਾਂ ਕਿਤਾਬਾਂ ਦੇ ਵਿੱਚੋਂ ਜਿਹੜੀਆਂ ਕਿਤਾਬਾਂ ਦੇ ਹਵਾਲਾ ਵੀ ਆ ਰਹੇ ਨੇ ਮਤਲਬ ਜਿਹੜੀਆਂ ਕਿਤਾਬਾਂ ਦਾ ਹਵਾਲਾ ਦਿੱਤਾ ਇੱਧਰ ਉੱਧਰ ਨਹੀਂ ਜਾਣ ਦੇਣਾ ਵਾਹ ਗੁਰੂ ਦਾ ਵਾਨਾ ਅਲਹਮਦੁਲਿਲਾ ਹਾਂਜੀ ਸਭ ਲਾਲਨ ਜੱਟ
ਅਦਰ ਸਾਹਿਬ ਉਹਨੇ ਆਪੇ ਛੱਡ ਦਿੱਤਾ ਹੈ ਜਵਾਬ ਛੱਡ ਮੈਂ ਵੀ ਪਹਿਲਾਂ ਛੱਡਿਆ ਕੋਈ ਮਸਲਾ ਨਹੀਂ ਆਇਆ ਲਓ ਜਨਾਬ ਅਦਰ ਸਾਹਿਬ ਤੁਸੀਂ ਕਹਿੰਦੇ ਹੋ ਅਗੇ ਆਲਮਗੀਰੀ ਚ ਰਜੂ ਸਾਬਤ ਤੇ ਰਜੂ ਸਾਬਤ ਤੇ ਰਜੂ ਸਾਬਤ ਮੈਂ ਅਜੀਬ ਬਾਤ ਹੈ ਮੈਂ ਤੁਹਾਨੂੰ ਆਲਮਗੀਰੀ ਦੀ ਇਮਾਰਤ ਦਾ ਵਿਖਾਣਾ ਕਿੰਨਾ ਚਿਰ ਹੋ ਗਿਆ ਕਿੱਥੇ ਰਜੂ ਸਾਬਤ ਹੈ ਕਿਤੇ ਹਿੰਮਤ ਕਰਕੇ ਵਿਖਾਓ ਮੈਨੂੰ ਰਜੂ ਸਾਬਤ ਹੈ ਮੈਂ ਤੇ ਤੁਹਾਨੂੰ ਪੜ੍ਹ ਕੇ ਦੱਸਿਆ ਕਿ ਉਹਦੇ ਯਾਦਗੀਰੀ ਦੀ ਬਾਤ ਫਿਰ ਵੇਖੋ ਐਸਾ ਗਲਤ ਬਿਆਨ ਨਹੀਂ ਕਰਨਾ ਜਾਣ ਤੇਰੀ ਛੁੱਟੀ ਮੈਂ ਆਲਮਗੀਰੀ ਚ ਵਿਖਾਣਾ ਪਿਆ ਕਮਾਲ ਹੋ ਗਈ ਹੈ ਆਖੀ ਜਾਣ ਆਹ ਵੀ ਨਹੀਂ ਵਿਖਾਇਆ ਆਹ ਵੀ ਨਹੀਂ ਵਿਖਾਇਆ ਆਹ ਵੀ ਨਹੀਂ ਵਿਖਾਇਆ ਮੈਂ ਪੜਿਆ ਵਹਿਮ ਤੋਬੇਗਾ ਅਦਨਾ ਤਬਕਾ ਦਿਨ ਯਜੂਜ ਅਲ ਵਜ਼ੂ ਬੇਹੀ ਹੋਲਵਨ ਕਾਨਾ ਉਹ ਮੁਰਨਾ ਉਹ ਮੁਸਕਰਨ ਵਾਹੋ ਅਲ ਅਸਾ ਹੈ ਆਲਮਗੀਰੀ ਦੀ ਇਬਾਰਤ ਹੈ ਇਹ ਕਿਉਂ ਨਹੀਂ ਪੜ੍ਹਦੇ ਇਹ ਆਲਮਗੀਰੀ ਹੈ ਕਹਿੰਦੇ ਜੀ ਅਗੇ ਵਿਖਾਇਆ ਨਹੀਂ ਆਖੇ ਜੀ ਨਬੀਜ ਦਾ ਵਜ਼ੂ ਕਦੋਂ ਨਹੀਂ ਜੀ ਵਿਖਾਇਆ ਤੁਹਾਨੂੰ ਇਹ ਨਬੀਜ ਦਾ ਵਜ਼ੂ ਵੇਖ ਲਓ ਫਿਰ ਤੁਸੀਂ ਆਖਣਾ ਨਹੀਂ ਵਿਖਾਇਆ ਜੀ ਆਲਮਗੀਰੀ ਮੈਂ ਪੜ੍ਹੀ ਹਿੰਮਤ ਕਰਕੇ ਮੇਰੇ ਕੋਲ ਫੜ ਲਓ ਇਬਾਰਤ ਪੁੱਛੋ ਤੇ ਕਿੱਥੇ ਲਿਖੀ ਹੈ ਮੈਂ ਤੁਹਾਨੂੰ ਬਾਤ ਪੜ੍ਹ ਕੇ ਦੱਸਣਾ ਪਿਆ ਉਹਨੇ ਪੋਲੇ ਮੂੰਹ ਆਖਿਆ ਤੇ ਵਿਖਾਇਆ ਹੀ ਨਹੀਂ ਵਿਖਾਇਆ ਨਹੀਂ ਇਹ ਲਿਖਿਆ ਹੈ ਭਾਵੇਂ ਮਿੱਠਾ ਹੋਏ ਭਾਵੇਂ ਕੌੜਾ ਹੋਏ ਮੁਸਕਰੇ ਤੇ ਭਾਵੇਂ ਨਸ਼ੇ ਵਾਲਾ ਹੋਏ ਇਹ ਤੁਹਾਡੀ ਉਰਦੂ ਦੀ ਚੋਂ ਵੀ ਵਿਖਾਇਆ ਚਾਹੇ ਨਸ਼ਾ ਲਾਣੇ ਵਾਲਾ ਹੋ ਇਹਦੇ ਚੋਂ ਵੀ ਵਿਖਾਇਆ ਹੋਰ ਮੈਂ ਕਿਵੇਂ ਵਿਖਾਵਾਂ ਕਬਾ ਇਹ ਰਿਕਾਰਡ ਹੁੰਦੀ ਜਾ ਰਹੀ ਹੈ ਗੱਲਬਾਤ ਇਹ ਨਾ ਕਹਿਣ ਨਾਲ ਤੇ ਤੁਸੀਂ ਸੱਚਿਆਂ ਨਹੀਂ ਸਾਬਤ ਹੋ ਜਾਣਾ ਮੈਂ ਨਹੀਂ ਦਿਖਾਇਆ ਨਹੀਂ ਦਿਖਾਇਆ ਨਹੀਂ ਦਿਖਾਇਆ ਨਹੀਂ ਮੈਂ ਅਰਬੀ ਚੋਂ ਵਿਖਾਣਾ ਪਿਆ ਆਲਮਗੀਰੀ ਚੋਂ ਮੈਂ ਉਰਦੂ ਚੋਂ ਪਿਆ ਵਿਖਾਣਾ ਵਾਂ ਹੱਥ ਵਿੱਚ ਕਿਤਾਬ ਪੜ੍ਹਦੀ ਹਿੰਮਤ ਨਹੀਂ ਆਖੀ ਜਾਂਦੇ ਨੇ ਵਿਖਾਇਆ ਨਹੀਂ ਜਨਾਬ ਅਲੀ ਇਸ ਤਰ੍ਹਾਂ ਨਹੀਂ ਜਾਨ ਛੁੱਟਦੀ ਅੱਗੇ ਜਨਾਬ ਇਹ ਫਿਰ ਅਗੇ ਜੀ ਸ਼ਰਮਗਾਹ ਮਿਲਾਉਣ ਵਾਲਾ ਨਹੀਂ ਵਿਖਾਇਆ ਕਦੋਂ ਨਹੀਂ ਵਿਖਾਇਆ ਜਨਾਬ ਤੁਹਾਨੂੰ ਸ਼ਰਮਗਾਹ ਮਿਲਾਉਣ ਵਾਲਾ ਤੁਹਾਨੂੰ ਆਲਮਗੀਰੀ ਉਹਦੇ ਵਿੱਚੋਂ ਵਿਖਾਇਆ ਜਨਾਬ ਅਲੀ ਤੁਹਾਨੂੰ ਐਨਲ ਹਦਾਇਆ ਵਿੱਚੋਂ ਵਿਖਾਇਆ ਜਿਹੜੀ ਹਦਾਇਆ ਦੀ ਅੱਖ ਹੈ ਜਿਹੜੀ ਅਸਲ ਹਦਾਇਆ ਤੁਹਾਡੀ ਐਨਲ ਹਦਾਇਆ ਤੁਹਾਨੂੰ ਆਲਮਗੀਰੀ ਚੋਂ ਵਿਖਾਇਆ ਜਿਹੜੀ ਤੁਸੀਂ ਨਾਫਸ ਕਰਨਾ ਚਾਹੁੰਦੇ ਹੋ ਮੈਂ ਤੇ ਸ਼ੁਰੂ ਦਾ ਨਾ ਆ ਚਲੋ ਇਹ ਸਾਡੀਆਂ ਕਿਤਾਬਾਂ ਨਹੀਂ ਔਰ ਫਿਰ ਜਦੋਂ ਗਏ ਰਜੂ ਵੱਲ ਉਦੋਂ ਆਲਮਗੀਰੀ ਪੜ ਲਈ ਜੇ ਅਗੇ ਜੀ ਇੱਥੇ ਰਜੂ ਕਰ ਲਿਆ ਜਦੋਂ ਇੱਥੇ ਸ਼ਰਮਗਾਹਾਂ ਮਿਲਣ ਦੀ ਗੱਲ ਆਈ ਹੈ ਨੰਗਿਆਂ ਉਦੋਂ ਆਲਮਗੀਰੀ ਵੱਲ ਮੂੰਹ ਨਹੀਂ ਕਰਦੇ ਪਏ ਅਜੀ ਇਹ ਸਾਨੂੰ ਫਲਾਣੀ ਚੋਂ ਵਿਖਾਓ ਮੈਂ ਕਹਿੰਦਾ ਤੁਸੀਂ ਜਿਹੜੇ ਮੈਂ ਥੱਲੇ ਲਾਏ ਨੇ ਨਾ ਕਿਤਾਬਾਂ ਦੇ ਹਵਾਲੇ ਇਹਦੇ ਉੱਤੇ ਤੁਸੀਂ ਫੇਰ ਦਿਓ ਲਕੀਰ ਲੇਕਿਨ ਖਬਰਦਾਰ ਜੇ ਮੇਰੇ ਕਿਸੇ ਹਵਾਲੇ ਤੇ ਉਂਗਲ ਰੱਖੀ ਤੇ ਜਿਹੜੀ ਮੈਂ ਇਬਾਰਤ ਲਿਖੀ ਹੈ ਇਹਦੇ 'ਚ ਕੋਈ ਮਾਈ ਦਾ ਲਾਲ ਗਲਤੀ ਕਰ ਕੇ ਦੱਸੇ ਜਿਹੜੇ ਮਸਲੇ ਨੇ ਉਹ ਕੋਈ ਮਾਈ ਦਾ ਲਾਲ ਗਲਤ ਸਾਬਤ ਕਰਕੇ ਦੱਸੇ ਕਿਤਾਬ ਦਾ ਸਵਾ ਅੱਗੇ ਪਿੱਛੇ ਹੋ ਸਕਦਾ ਹੈ ਕਿਤਾਬ ਦਾ ਨਾ ਜਗ੍ਹਾ ਪਿੱਛੇ ਹੋ ਸਕਦਾ ਹੈ ਲੇਕਿਨ ਮਸਲੇ ਜਗ੍ਹਾ ਪਿੱਛਾ ਨਹੀਂ ਹੋਏਗਾ ਇਨਸ਼ਾਅੱਲਾ ਇਹ ਆਲਮਗੀਰੀ ਦੇ ਮਸਲੇ ਮੰਨੋ ਹਾਂ ਸਫੇ ਲਿਖ ਦਿਓ ਇੱਥੇ ਹਦਾਇਆ ਦੀ ਜਗ੍ਹਾ ਇਹਨਾਂ ਦਾ ਲਿਖ ਦਿਓ ਜਾਓ ਮੈਂ ਉੱਥੇ ਲਿਖਿਆ ਨਾ ਹਦਾਇਆ ਉੱਥੇ ਇਹਨਾਂ ਦਾ ਲਾਇਆ ਕਰ ਦਿਓ ਉੱਥੇ ਆਲਮਗੀਰੀ ਕਰ ਦਿਓ ਉੱਥੇ ਸ਼ਰਾਬ ਕਾਇਆ ਕਰ ਦਿਓ ਕਰੋ ਜੋ ਦਿਲ ਕਰਦਾ ਕਰ ਦਿਓ ਇਹ ਜਨਾਬ ਅਲੀ ਅੱਜ ਇਸ ਤਰ੍ਹਾਂ ਜਾਨਾਂ ਨਹੀਂ ਛੁੱਟਣੀਆਂ ਵਿਖਾਣੇ ਸਨ ਮਸਲੇ ਸਫੇ ਵਾਲੀ ਗੱਲ ਨਹੀਂ ਸਫਾ ਆਗਾ ਹੋਵੇ ਪਿਛਾ ਹੋਵੇ ਕਿਤਾਬਾਂ ਤੁਹਾਡੀਆਂ ਨੇ ਅਖੇ ਜੀ ਆਲਮਗੀਰੀ ਚੋਂ ਆਂਦੇ ਸਨ ਵਿਖਾਵਾਂਗੇ ਆਲਮਗੀਰੀ ਚੋਂ ਭਾਜੀ ਤੈਨੂੰ ਵਿਖਾਇਆ ਔਰ ਫਿਰ ਜਨਾਬ ਅਲੀ ਇਹ ਵੇਖੋ ਵੱਧ ਇਲਾਜ ਅਵੇ ਤਹੀਮਾ ਦਾ ਵਰ ਮੈਂ ਦਾਦਾ ਇਹ ਮੈਂ ਦੱਸ ਰਿਹਾ ਆਲਮਗੀਰੀ ਨਹੀਂ ਹਾਂਜੀ ਪੜੋ ਇਹ ਆਲਮਗੀਰੀ ਚੋਂ ਪੜਿਆ ਵੱਧ ਇਲਾਜ ਆ ਫਿਰ ਬਹੀਮਾ ਤੁਹਾਨੂੰ ਮੈਂ ਦਾਦਾ ਬਸ ਸਗੀਰਾ ਕਿੱਲਾ ਦੀ ਲਾਤ ਜਾਵੇਂ ਮਿਸਲਾ ਦਾਇਕ ਜੋ ਵਰ ਗੁਸਲ ਗੁਸਲ ਵਾਜਬਰੀ ਸੁਣ ਲਓ ਕਿਤਾਬ ਚ ਵੀ ਲਿਖਿਆ ਹੈ ਗੁਸਲ ਹਾਂਜੀ ਸੁਣ ਲਓ ਕੇ ਸੁਣ ਲਓ ਗੁਸਲ ਦੇ ਵਿੱਚ ਮੈਂ ਪਹਿਲੂ ਹੀ ਦੱਸਿਆ ਹੈ ਕਿ ਨਬੀ ਲਾ ਸਾਮ ਦਾ ਗੁਸਲ ਸੁਨਨ ਪਹਿਲੂ ਵਜ਼ੂ ਤੇ ਫੇਰ ਗੁਸਲ ਨਬੀ ਲਾ ਸਲਾਮ ਪਹਿਲੂ ਵਜ਼ੂ ਕਰਨ ਤੇ ਫੇਰ ਗੁਸਲ ਕਰ ਇਸ ਵਾਸਤੇ ਵਜ਼ੂ ਵਿੱਚ ਆ ਗਿਆ ਔਰ ਇਹ ਦੁਰੇ ਮੁਖਤਾਰ ਤੁਹਾਡੀ ਵਜ਼ਾਹਤ ਕਰ ਦਿੱਤੀ ਇਹ ਦੁਰੇ ਮੁਖਤਾਰ ਉਹਨਾਂ ਨੇ ਕਹਿ ਦਿੱਤਾ ਨਾਲ ਕਿ ਵਤਾ ਬਹੀਮਾਤਨ ਔ ਮਹਿਤਾਤਨ ਔ ਸਗੀਰਾਤਨ ਇਹ ਦੁਰੇ ਮੁਖਤਾਰ ਇਹ ਜਨਾਬ ਆ ਲਓ ਕਿਤਾਬ ਇਹ ਦੁਰੇ ਮੁਖਤਾਰ ਇਹਦੇ ਚ ਉਹਨੇ ਦੱਸ ਦਿੱਤਾ ਵਲਾ ਯੰਤਾ ਬਿਜ਼ੁਲ ਵਜ਼ੂ ਔ ਵਜ਼ੂ ਵੀ ਨਹੀਂ ਜੇ ਪਿਆ ਟੁੱਟਦਾ ਇਹ ਕਿਤਾਬ ਦਾ ਇਨਕਾਰ ਜੇ ਆਪ ਦੀ ਕਿਤਾਬ ਗਲਤ ਹੈ ਆਪ ਦੀ ਅਸੀਂ ਨਹੀਂ ਮੰਨਦੇ ਆਪ ਇਹ ਕਿਤਾਬਾਂ ਸਾਡੀਆਂ ਨਹੀਂ ਜਾਨ ਛਡਾ ਲਓ ਤੇ ਬਚ ਜਾਓ ਨਹੀਂ ਤੇ ਇਹ ਕਹਿਣ ਨਾਲ ਮੈਂ ਕੀ ਪਤਾ ਕੀ ਸ਼ਰਤ ਲਿਖੀ ਹੋਈ ਹੈ ਮੈਨੂੰ ਪਤਾ ਸੀ ਤੁਹਾਡੀ ਇਸ ਜ਼ਿੱਦ ਦਾ ਤੁਸੀਂ ਇਹ ਕਹਿਣਾ ਜੀ ਉੱਥੇ ਦੀ ਹਦਾਇਤ ਦਾ ਸਫਾ 47 ਤੇ 47 ਹੋਣਾ ਚਾਹੀਦਾ ਜੇ ਜੁਲਦ ਤੁਸੀਂ ਇਹ ਤੇ ਦੂਜੀ ਹੋ ਸਕਦਾ ਜਿਲਦ ਅਗੇ ਪਿੱਛੇ ਹੋ ਜਾਏ ਹੋ ਸਕਦਾ ਸਫਾ ਅਗੇ ਪਿੱਛੇ ਹੋ ਜਾਏ ਕਿਤਾਬ ਦਾ ਨਾਮ ਅਗੇ ਪਿੱਛੇ ਹੋ ਗਿਆ ਲੇਕਿਨ ਇਹ ਗੱਲ ਹੈ ਮਸਲਾ ਤੁਹਾਡੀ ਕਿਤਾਬ ਚ ਹੋਏਗਾ ਆਲਮਗੀਰੀ ਚੋਂ ਵਿਖਾਇਆ ਦੁਰੇ ਮੁਖਤਾਰ ਮੈਂ ਲਿਖਿਆ ਫਿਕਾ ਵੀ ਕੀ ਕੁਤਬ ਜੇ ਦਿਖਾਏ ਆਲਮਗੀਰੀ ਆਪੋ ਨਹੀਂ ਫਿਕਾ ਕੀਤੀ ਆਪੋ ਦੁਰੇ ਮੁਖਤਾਰ ਫਿਕਾ ਕੀਤੀ ਨਹੀਂ ਲਿਖ ਦਿਓ ਦੁਰੇ ਮੁਖਤਾਰ ਮੈਂ ਲਿਖ ਦੇਣਾ ਤਾਰੀਫ ਤੁਸੀਂ ਵੀ ਲਿਖ ਦਿਓ ਕਿ ਮੈਂ ਹਵਾਲਾ ਹਦਾਇਆ ਚੋਂ ਨਹੀਂ ਐਨਲ ਹਦਾਇਆ ਚੋਂ ਵਿਖਾਇਆ ਆਲਮਗੀਰੀ ਚੋਂ ਵਿਖਾਇਆ ਦੁਰੇ ਮੁਖਤਾਰ ਚੋਂ ਵਿਖਾਇਆ ਸ਼ਰਾ ਵਿਖਾਇਆ ਚੋਂ ਵਿਖਾਇਆ ਤੁਸੀਂ ਲਿਖ ਦਿਓ ਮੈਂ ਵੀ ਲਿਖ ਦੇਣਾ ਕਿ ਮੈਂ ਹਦਾਇਆ ਚੋਂ ਤੇ ਨਹੀਂ ਆਲਮਗੀਰੀ ਚੋਂ ਵਿਖਾਇਆ ਦੁਰੇ ਮੁਖਤਾਰ ਚੋਂ ਵਿਖਾਇਆ ਐਨਲ ਹਦਾਇਆ ਚੋਂ ਵਿਖਾਇਆ ਜਿਹੜੀ ਹਦਾਇਆ ਜਸਮ ਸ਼ਰਾ ਹੈ ਮੈਂ ਨਾ ਸਾਰੀਆਂ ਕਿਤਾਬਾਂ ਚੋਂ ਵਿਖਾਇਆ ਲਿਖ ਲਓ ਮੈਨੂੰ ਇਹਦੇ ਚ ਕੋਈ ਇਤਰਾਜ਼ ਨਹੀਂ ਇਹ ਜਨਾਬ ਤੁਸੀਂ ਵੀ ਲਿਖ ਦਿਓ ਤੁਸੀਂ ਵੀ ਲਿਖ ਦਿਓ ਕਿ ਹਦਾਇਆ ਨਹੀਂ ਐਨਲ ਹਦਾਇਆ ਚ ਆਲਮਗੀਰੀ ਚ ਸ਼ਰਾ ਵਿਖਾਇਆ ਚ ਤੇ ਫੈਸਲਾ ਹੀ ਹੋ ਜਾਂਦਾ ਇਹ ਤਾਰੀਫ ਕਰ ਦਿਓ ਇਹ ਵੀ ਲਿਖ ਦਿਓ ਕਿ ਸਾਕਰ ਦੂਜੇ ਦਾ ਫੜਨਾ ਜਿਹੜਾ ਹੈ ਅਸੀਂ ਇਹ ਵੀ ਸਾਬਤ ਕਰ ਦਿੱਤਾ ਹੈ ਟਾਈਮ ਕੋਈ ਨਹੀਂ ਹੈ ਟਾਈਮ ਕੀਪਰ ਜਿਹੜਾ ਬੰਦਾ ਬੋਲੇਗਾ ਉਹਨੂੰ ਬਾਹਰ ਕਰ ਦੇਣਾ ਇਹ ਸੁਣ ਲਓ ਟਾਈਮ ਉਹਨਾਂ ਦੇ ਕੋਲ ਤੁਹਾਡੇ ਆਪਣੇ ਬੰਦੇ ਬੈਠੇ ਨੇ ਦੂਜੇ ਦਾ ਸਾਕਰ ਫੜਨ ਦੀ ਗੱਲ ਨਹੀਂ ਕਰ ਦਿੰਦਾ ਇਹ ਵਜ਼ੂ ਨਹੀਂ ਜੇ ਟੁੱਟਦਾ ਪਿਆ ਤੁਹਾਡਾ ਪੋਤੀ ਤੋਂ ਉੱਤਰ ਕੇ ਇਹ ਨਹੀਂ ਜੇ ਵਜ਼ੂ ਟੁੱਟਦਾ ਪਿਆ ਆਪੋ ਸਾਡੀ ਕਿਤਾਬ ਨਹੀਂ ਜਾਂ ਫਿਰ ਮੈਂ ਲਿਖ ਦੇਣਾ ਲਿਖਦੇ ਵੀ ਹਵਾਲੇ ਹਨ
मसले गलत ने के मसला भी गलत है हवाला भी गलत मसला गलत मसला गलत है मसला गलत हिदायत लिखा है कि मुबाशत फाश शर्मगा मिल जाए तो वजू नहीं जुड़ता। यह गल कर हिदायत
مناظر طاہر خان صاحب نہیں بلکہ مناظر غازی صاحب یہ نہ من لیا کہ طاہر خان صاحب جڑے نے یہ نس گیا ہے لیٹ رہا ہے یہ مطلب ہوں بندہ نہ بدل رہا ہے پانچ منٹ بولے کیوں نہیں یہ دسے نہیں تو بولے کیوں نہیں جناب والی وضو میں بہار شریعت وکھایا ہے جی بہتر تھی وضو انہوں کی کتاب چو یہ بھی بہار شریعت چو وکھایا ہے مختار چو وکھایا اور دورے مختار چو دکھایا اور جناب علی اگے سنو اور پھر اگلا اے جڑا سی جناب نبیز نشہ آور اگے جی وکھایا نہیں میں تمہیں وکھانا تو کیا آلمگیری وہدے نہیں پہ آلمگیری کی لکھا ہے اگے جی رجوع کر لیا میں کہنا کتنے کر لیا رجوع کرو رجوع ہو گیا رجوع ہو گیا کتنے رجوع ہو گیا جناب رجوع نہیں آج کر لینا ویکنا کوئی یار بولی جانا رجوع کرو سن لو جی ای لکھا عالمگیری عالمگیری پڑھ لو میرے کو عالمگیری پڑھ لو جی اتو نہیں لگتا میں لایا جی نشانہ ایتو ویکو اگے جی یہ لکھا نشہ آور نبیز نال نہیں ٹوٹتا مسکرن مسکر کا مانا کی ہوتا ہے نشہ لیا ہماری ترجمہ عالمگیر کا یہ نشہ لیا نبیز نہ لکھا نہیں ٹوٹتا پھر آ چڑیا جی یہ بتایا نہیں وہ ساری دنیا ویکنے والے جڑے میں بکھا دیتے ہیں تے یہاں کہنے نال نہیں پھر جناب اگے اگلا یہ کوئی رجوع نہیں تو ثابت کرو رجوع ہوا ہے کولو ہی کہی جانا رجوع اگے جی شرمگاوا ملان والا شرمگاوا ملان والا بکھایا جی وہ جی ایم ایل ادایا بکھایا عالمگیری بکھایا شرح بکھایا بکھایا سارے بکھائے اگے جی یہ بھی نہیں بکھایا اچھا پھر جناب سکر پڑھنے والا میں کہنا کسی دوجے کے سکر نو ہاتھ لاؤ والی کوئی کرو چیز پیش ہے تھی آدھے ماسی کرنا جائز ماسی مس میں جو ہے کرو وہ پڑھو جو کرنا جی اور اگلے جناب زندہ مردہ نال وضو ٹوٹنا غسل ٹوٹنا نہیں تھوڑا نہ غسل ٹوٹے نہ وضو ٹوٹے تے تسی جناب وہ بھی نہیں مانتے پے تھانوں ہالے وہ بھی وکھائے نے دورے مختار وکھایا عالمگیری وکھایا یہ ہوں یہ یاد تسان کرنی ہے انجی تے بولی جا بولی آ گل میں پھر کہنا اے تسی اینج کر کے لکھ لو تہاڈا میں رولا مکا دینا حضرت صاحب رولا ہی مکا دینا رولا ہی مکا دینا تہاڈا اینج کر لو اے جڑے نے حوالے تسی لکھ دیو تے جی دورے مختار چ دورے مختار چ نے نہیں مکھایا بلکہ انہوں نے سانو عالم گیری چ مکھایا اور اے جڑا میں ہدایا تا دتا والا تسی لکھ دیو انہاں جناب اے نہ ہدایا چ مکھایا عالم گیری چ مکھایا انہاں شرب ہدایا چ مکھایا تسی لکھ دیو میں بھی لکھ دینا کہ جناب علی اے جڑی ہدایا نہیں بلکہ اے نہ ہدایا چ عالم گیری وچ اے شرب ہدایا وچ اے دورے مختار وچ اے میں بھی لکھ دینا تسی بھی لکھ دیو اے عبارت نہیں غلط عبارت صحیح اے کتاباں دے نام تے بحث کرتے ہو کہ اے میں ہاں پہلو کر لیا سی مینوں پتا سی تسا ایویں بحث کرنی ہے کتے لکھیا ہے اختصار نال کتے لکھیا ہے اودی تفصیل کتے اودی تسا آپ پہ شرح کیتی جو تا شرح کیتی ہو میں بکھائی اے ہن پتہ پڑھو سات نمبر شرط مناظرے دیاں شرطاں نمبر سات اینوں پڑھو اے دے وچ کی لکھیا ہویا ہے کہ حنفی مسلک کے جو مسائل صفا 14-15 پر درج ہیں وہ فقہ حنفی کی کتب سے دکھانے ہوں گے فقہ حنفی کو پابند نہیں کہ کیڑی کتاب دے ہے شرط کے مطابق عالی نگیری جو بکھایا تہنوں دورے مختار جو بکھایا شرح بکھایا جو بکھایا ہدایت جو بکھایا اے حوالے تہاڈیاں کتاباں جو بکھایا تے لکھ دیو ساڈیاں کتاباں نہیں تے جان چھڈا لو اے او مرنے دے حوالے ہیں حوالے ہیں کتاباں دے نا ہار جیت کا مسئلہ ہے نہیں ایک گل ہے پنٹ کرو ورنہ مولوی صاحب بات کرنے سے یہ کرنا نہ یہ بولنا نہ نہیں ایک منٹ نہیں گل سنو نہیں ایک منٹ گل سنو نہ تسی بولو نہ میں بولا نہ اے بولو کوئی پابندیاں نہ ہوں نہیں پابندی ہے نہیں پابندی ہوئے گی جڑا مناظرہ بات کرے گا بولن جڑا تسا کرے
पूरी पांच मिनट भी करन लाई है मनादर के हिस्से की हक बनता है जो मनादर ही ना हक बनता कर लाओ एक असूल ना तू नहीं शुरू मैंने की डॉक्यूमेंट को खत्म किया नहीं कदों उस तो पहले टर्न तुम ला रही है जवाब मैं अपनी टर्न दे मुखातब किया जवाब मैं उठे जवाब दिता अपने आप नी दूसरा इन्होंने रुजू तलब किया कि बखाव कितने लिखे रुजू ए वेखो आलमगीरी सफा नंबर 22 इमारत मरवा असद बिन नजमी बनु हुबन अभी मरियम व हसन अन अभी हनीफा रहमहुल्लाह तआला अन्नहु राजा लमन रुजू करना अन्नहु राजा इमाम अबू हनीफा ने रुजू किया किसकी तरफ इला कौली अभी यूसुफा इमाम अबू यूसुफ के कौल की तरफ और इमाम अबू यूसुफ का कौल क्या है वकाल अबू यूसुफा रहमहुल्लाह तआला इमाम अबू यूसुफ रहमतुल्लाह ने फरमाया कि नबीज के साथ वुजू जायज नहीं है और इमाम अबू हनीफा रहमतुल्लाह अलैह ने इमाम अबू यूसुफ के कौल की तरफ रुजू फरमाया है। एक मर्जू कौल को लेते हुए उसे यह साबित करना कि नबीज के साथ वुजू जायज है, ये कहां की अकल। और फिर इसके अलावा हमने दलील तक चौथी दलील तलब की कि हमने ये देखना है हिदाया में, हिदाया का हवाला दिया है कि हिदायत में लिखा है कि शर्मगाहों के मिल जाने से वुजू टूट जाता है। हमारा चैलेंज है हिदायत के किसी सफे से, ये कहते हैं कि सफा आगे पीछे हो जाता है, जिल्द आगे पीछे हो जाती है, हम कहते हैं जिल्द भी छोड़ दें, हमें हिदायत की किसी जिल्द से दिखा दें, दूसरी जिल्द से दिखा दें, पहली जिल्द में नहीं है। अगर पहली जिल्द की गलती हो गई है दूसरी जिल्द से दिखा दें, अगर सफा 47 पर नहीं है किसी और सफे से दिखा दें। हमें हिदायत से चाहिए मसला कि मुबाशरते फाहिशा से वजू नहीं टूटता, हमने ये मसला हिदायत से देखना। हाँ जी, ये बहुत बड़ा इल्जाम है साहिब हिदायत पर। साहिब हिदायत एक बहुत बड़ा मुत्तकी परहेजगार बंदा अल्लाह का वली कामिल है, उस पर ये बोहतान लगा रहे हैं कि हिदायत ने ये लिखा। और भाई हिदायत एक बंदा एक काम करता है, इल्जाम दूसरे पर कैसे लगाया जा सकता है। काम एक शख्स ने किया उसका इल्जाम दूसरे शख्स पर, हाँ जी, इल्जाम तो उसी शख्स पर लगाना चाहिए जिसने किया है। हाँ जी, एक शख्स दूसरे शख्स का जिम्मेदार था, तो जिस शख्स ने बात कही है उसके मुताबिक साबित करें। मसलन एक आदमी मुझे कहता है जी तुमने झूठ बोला है, मैं उसे कहता हूँ कि भाई उसको बुलाता हूँ, मैं कहता हूँ भाई तुमने मुझ पर इल्जाम लगाया झूठ बोला, और नहीं जी आपने नहीं इसने बोला था, झूठ आपने नहीं बोला था, वो झूठ तो इसने बोला था। बात हो रही है मेरी, तू दूसरी की बात क्यों कर रहा है, बात हो रही है हिदायत की, दूसरी पर क्यों जाते। हमें हिदायत से दिखाया जाए, हमने हिदायत से देखना है कि मुबाशरते फाहिशा से वुजू नहीं टूटता। हाँ जी, और नंबर 5 इन्होंने लिखा है आलमगीरी के हवाले से
مسئلے زکر سے یعنی زکر کو پکڑنے سے وضو نہیں ٹوٹتا، ہمیں یہ عالمگیری کے کسی صفحے سے دکھا دیں کہ زکر کے پکڑنے سے وضو نہیں ٹوٹتا، وہاں تو پکڑنے کا ذکر ہے ہی نہیں، ہم نے لفظ دیکھنا پکڑنے کا، ہم کسی اس دوسرے کی طرف نہیں جائیں گے۔ نمبر تین، نمبر چھ، انہوں نے عالمگیری کا حوالہ دیا ہے کہ جانور، مردار یا کسی دوسرے کے ساتھ یعنی چھوٹی بچی کے ساتھ جمع کرنے سے وضو نہیں ٹوٹتا، ہم انہیں چیلنج کرتے ہیں کہ ہمیں عالمگیری کی کسی جنس، عالمگیری اگر جلد آگے پیچھے ہوگی ہونے دو، ہمیں دوسری جلد سے دکھا دو، تیسری جلد سے دکھا دو، اگر سب آگے پیچھے ہو گیا ہے کوئی بات نہیں ہے، ہمیں عالمگیری کی کسی سفر سے ہمیں یہ عبارت دکھا دو کہ نابالغ بچی سے اگر کوئی جمع کرتا ہے تو وضو نہیں ٹوٹتا، یہ ہمیں عالمگیری سے دکھا دے۔ بات ہو رہی عالمگیری کی، آپ دوسری طرف کیوں جاتے ہیں؟ ہاں جی، اور یہ ہمارا مسلک ہے کہ ہمارے نزدیک مباشرت فاحشہ سے وضو ٹوٹ جاتا ہے، یہ ہمارا مذہب ہے، ہماری تمام کتابوں میں اول سے لے کر شروع سے لے کر آخر تک تمام کتابوں میں یہ بات ہوئی ہے۔ جناب جالے حضرت صاحب، تسی کیا ہے بار بار انہیں دہرا رہے ہو، ایک تے جناب بلا نیت بے وضو اے نہیں دکھایا، سونم جناب درے مختار چو دکھایا، رد المختار چو دکھایا، اور تہن عبارت پڑھ کے دسیے، اور تسی پھر جناب انہوں کہہ رہے نہیں دکھایا، میں تم دسیا نہ صلاتا یوسے ہو ہندا نہ بل وضو فلاو لم یکن منویئن، پاوے نیت بھی نہ کیتی جائے، یہ میں تہن کھاتا بارش، یہ تم ہی دکھایا کہ بغیر نیت ہو سکتا ہے، اور بے ترتیب وضو جڑا بھی بارش، یہ تو دکھایا ہے، اور پھر دیکھ لو، اور نشہ اور نفیس جیڑی ہے یہ دینا تسی آن دے رجوع، ایک کمال ہو گئی ہے رجوع کا دینا آلے، اگر رجوع کتھے ہے، اے اگلی عبارت کیوں نہیں پڑھ دے، میں کنی واری عبارت پڑھی ہے، یہ کیوں نہیں پڑھ دیتا ہے، عالمگیری دی عبارت پڑھو، ہمت کرو، اے بھائی توبے خواہ ادنا تب خاتم یا جوز الوضو بہی ہولون کان او مرن او مسکرن بہو والا سو، ایدا جواب نہیں دیتا آجے تک، ایدا جواب نہیں آ رہا، میں نے لکھیا ہے نبیس جیڑی اوتھے عالمگیری دے اس سے سوا نمبر 22 تے کیوں نہیں ویندے، اگے جی رجوع کر لیا ہے، دھوکھا کینوں دیندے ہو تے اپنے آپ نوں، رجوع کتے کر لیا ہے، اے تے دے نال رجوع نہیں ہے، ویکھو بہن توبہ خاطر نہ تب خاطر یجود الوضو وضو جائے دے بھئی ہولبن کان او مرن میٹھا ہے تر جوے او مسکرن پاوے نشہ لیون والا ہوئے نوا ہو وال اسو، اور ایہو یا کیا صحیح ہے، اگے جی اساں رجوع کر لیا، کتے کیتا جے، کتے رجوع کیتا حضرت صاحب، عالمگیری دا سوا 22 کڈ کے ویکھو، لو جناب میں اپنے ٹائم چانو وقت دینا ہوں، اے جناب اے بات میں یجوز الوضو بہی ہولون کان او مرن او مسکرن او والا سا، اے دے پڑھو عبارت، اے دا ترجمہ کرو، اے دا ترجمہ تے رجوع بھی ثابت کرو، تے ترجمہ بھی کرو، گل مکمل ہو گئی، ادھر دیکھو جی، پڑھو پڑھی جاؤ پڑھی جاؤ، سنا کا سنا دے پیچھے، عن ابی حنیفہ رحمہ اللہ تعالی، پڑھی جاؤ پڑھی جاؤ، انہ راجع الى قول ابی یوسف رحمہ اللہ تعالی، کس کو رجوع کیتا ہے ذرا یہ، ہاں جی کس کو ان کو رجوع کیتا ہے، مولوی سننا
कोई खतरा नहीं, कोई बात नहीं, आप गल कर जेड़े लफ्ज मैं कह रहे पढ़ो जेड़े मैं पढ़े पढ़ो उस रुजू साबित तो पढ़ो ना पढ़ो रुजू नबीज है ना मेरे को पढ़ी दे लेकिन नबीज तो पहले कॉल इमाम साहब का इमाम साहब का दूसरा कॉल जो है वो रुजू है मेरे यहाँ भारत से पढ़ते हो मसला पहले है देखो भाई तोबे खास ना तब खा टाइम नहीं हूं तो रौला पा दी मेनू किने दिता मैं सदर नहीं मसला नी तू पढ़ाया तेरे को हवाला पूछना बनता है चल तू लटका रहा किताब जितने खान के मन गए हाली लाल स्पीकर हवाला बिठाया तो आया था बबू बबू तो चलो सारे थे अब्दुल लतीफ कर यार गल से करो करो एक मिनट जी आप भी साहब एक मिनट करो करो साहब यार खड़े बंदे ने किसे मैं जो खड़ा हूं यार गल तो पकड़ो साहब एक मिनट यार गल मेनू कहो ये ਤੁਹਾਡਾ ਅੱਛਾ ਖਰਾਲਾ ਤੁਹਾਡਾ ਮੈਂ ਗੱਲ ਸੁਣੋ ਆ ਤਰਤੀਬ ਦਿੱਤੀ ਦੇਖ ਓ ਯਾਰ ਗੱਲ ਤਾਂ ਸੁਣੋ ਨਾ ਕਰੋ ਕਿ ਮਰਦੀ ਹੈ ਬੰਦੇ ਸਾਡੇ ਦੀ ਯਾਰ ਗੱਲ ਬੜਾ ਜ਼ਬਰ ਕਰੀਏ ਕਿ ਤੋਹਾ ਕਰੀਏ ਕਰਨਾ ਕੀ ਅਸੀਂ ਕੰਛੜੀ ਅੱਛਾ ਜੀ ਕਰੋ ਕੋਈ ਤਵਰੀ ਕਰ ਮੈਂ ਤੇਰਾ ਬਾਤ ਹੋ ਗਈ
मेरी सुनो गल सुनो मेरी अक्रम साहब इधर नजर आ लिखा दर मुख्तार दुर्रे मुख्तार जिल्द नंबर एक सफा नंबर 51 ए लिखा जे हवाला विखा देने वाला साहब आ गए वेख लिया बस गौरव मुख चलो यार तेरा अंदर अगर बाकी के बंदे सारे कर जो चुप ना उधरों को बोले नहीं दो असि सिर्फ दोवे बंदे बोलिए फिर बाहर भी काफी है साडे लिए लेकिन अगर तुसा नहीं बोलने बाद आना फिर सानू गली मार दे दूंगा फिर सानू वादी साहब गल ते सुन लैंदे हो गल ते कर लैंदे हो ना फिर जे ते तुसी बाहर ही चुप कर दे हो ते असि बाहर बैठे हां जे तुसी बाहर चुप नहीं करना किसी भी इधरों उधरों तो फिर बड़ा सौखा तरीका ठीक है तजवीज मेनू मंजूर है कि खान साहब से मैं दोवे अंदर बह जाने अजे एक दूजे हवा ले विखा ले दिमाग खराब है करते शुरू जाओ यार उसे बह कर लीओ तेरी गौर ना सुनने तेरे को दावत तेरे घर आया तो तेरे मशीन चाहे हूं उसे बह के सुना दे सुना तू उत्ते आ गए धरने मैं भी उत्ते जा मेरे मौलवी लाभ नहीं है जो मर्जी नच लाने टेलीविजन से दे भावे मस्जिद कर दे जिथे मर्जी बार बार करो हूं आलमगीरी ने जनाब लिया चाहते हो तुम जनाब फिका इस जनाब बड़ा वाला लीडर पाकिस्तान का सांसदान बोलते हैं आलमगीर पागल ने आलमगीरी वाले आलमगीर तेरे मुकाम से मेरे मुकाम से कोई गल करने वाली ऐसे ही करने बजाय मुख्तसर किस्सा है
ਤਹਿਰੀ ਨਹੀਂ ਸੌਦਾ ਹੋਇਆ ਵੀ ਆਹ ਹਵਾਲਾ ਅਸਾਂ ਲੈਣਾ ਤੇਰੀ ਕਿਤਾਬ ਚ ਗਲਤ ਲਿਖੀ ਸਾਨੂੰ ਇਹ ਸਾਡੇ ਉਲਮਾ ਜੀ ਨੇ ਦੱਸਿਆ ਪੜ੍ਹ ਕੇ ਇਹ ਹਵਾਲੇ ਨਹੀਂ ਸਾਡਾ ਚੈਲੰਜ ਹਾਜੀ ਸਾਹਿਬ ਤੁਸੀਂ ਇੱਥੇ ਕੋਲ ਜਿੱਥੇ ਮਰਜ਼ੀ ਹੋ ਜਾਓ ਵਿਖਾ ਦਿੰਦਾ ਵਾਲਾ ਉੱਥੇ ਸਾਈਨ ਕਰ ਦੇ ਮੈਂ ਵਾਲਾ ਹਟਾਇਆ ਵਾਲਾ ਯਾਰ ਸਮਝਦਾਰ ਨੇ ਉਂਝ ਸ਼ਰੀਫ ਆਦਮੀ ਸਿਰ ਵੀ ਨਹੀਂ ਗੱਲ ਸ਼ਰੀਫ ਆਦਮੀ ਨਹੀਂ ਉੱਥੇ ਬਲ ਪਾਉਣ ਜਿੱਥੇ ਆਉਂਦੇ ਉੱਥੇ ਆਉਂਦੇ ਉੱਥੇ ਪਛਾਦੇ ਸਭ ਪਛਾਦੇ ਫੈਸਲਾ ਕਰਨਾ ਇੱਥੇ ਵੀ ਕਰਨ ਆਉਂਦੇ ਨਾ ਤੁਹਾਨੂੰ ਦੱਸਾਂਗਾ ਹਾਂਜੀ ਲੈ ਬਈ ਦਰਵਾਜੇ ਖੋਲ ਪੂਰੀ ਜਮਾਤ ਹੈ ਲਦੀਸ ਇੱਥੇ ਆ ਜਾਏ ਜੋ ਸਾਨੂੰ ਕਿਸੇ ਦੇ ਇਤਰਾਜ਼ ਨਹੀਂ ਅਸੀਂ ਨਹੀਂ ਹੈਗੇ ਅੰਦਰ ਭੜੋਲਿਆਂ ਚ ਪੈਣ ਵਾਲੇ ਲੋਕ ਬਾਹਰ ਗੱਲ ਹੈ ਸਿੱਧੀ ਸਾਹਮਣੇ ਹੈ ਨਹੀਂ ਹੈਗੀ ਫੈਸਲਾ ਯਾਰ ਕੋਈ ਫਸਾਦ ਜਦੋਂ 100 ਵਾਰੀ ਕਰੀ ਜਾ 10 ਦਿਨ ਕਰਦਾ ਦੇਖ ਲੈ ਮੈਂ ਐਕਟਰ ਨੂੰ ਲੜ ਪਾਂਗੇ ਵਾਲਾ ਫਸਲਾ ਕਰਨ ਦੇ ਯਾਰ ਗੱਲ ਤੇ ਸੁਣ ਲੈ ਰੌਲਾ ਪਾਂਡੇ ਹਵਾਲਾ ਲੈਣ ਲੜਨ ਤੇ ਨਹੀਂ ਲੜਨ ਨਹੀਂ ਦੇ ਲੜਨਾ ਅੱਛਾ ਹੁਣ ਜਿਹੜੀ ਗੱਲ ਹੈ ਨਾ ਭਾਜੀ ਇੱਧਰ ਹੋ ਜਾ ਭਾਜੀ ਖੁਲ ਕੇ ਗੱਲ ਕਰ ਲੈ ਮੈਂ ਤੁਹਾਨੂੰ ਉਦੋਂ ਨੀ ਆਖਿਆ ਮਹਿਮੂਦ ਨੂੰ ਮੈਂ ਠਾਲ ਕੇ ਘੱਲਿਆ ਤੁਹਾਡਾ ਕੀ ਆਦਮੀ ਨੇ ਮਸ਼ਵਰਾ ਦਿੱਤਾ ਜਾਂ ਕੋਈ ਆਦਮੀ ਇਹਨਾਂ ਦੇ ਕੰਨ ਹਾਂਜੀ ਤੁਹਾਡੀ ਤਰਨ ਸੀ ਗੱਲ ਸੁਣ ਲਓ ਨਾ ਤੇ ਤੁਸੀਂ ਹਰੇ ਸੁਣ ਲਓ ਕੀ ਮਤਲਬ ਕੁਤਬਖਾਨਾ ਨੀ ਸੀ ਬਾਰ ਬਾਰ ਬੰਦੇ ਨੀ ਬਦਲੇ ਮਾਲ ਵੀ ਨੀ ਬਦਲੇ ਸਾਬਤ ਕਾਨੂੰਨ ਦੀ ਖਿਲਾਫਵਰਜੀ ਕੀਤੀ ਹੈ ਨਵੇਂ ਸਿਰੇ ਤਾਰੀ ਨਹੀਂ ਗੱਲ ਸੁਣ ਲਓ ਕੀ ਹੋ ਗਿਆ ਅਜੇ ਨਾ ਸਦਨ ਮੈਨੂੰ ਸੁਣ ਲਓ ਤੁਸੀਂ ਸੁਣ ਲਓ ਉਹ ਤੇ ਉੱਤੇ ਨਾ ਯਾਰ ਚੱਕਾ ਵਾ ਯਾਰ ਮੈਨੂੰ ਸ਼ੈਤਾਨ ਆਦਮੀ ਸਮਝਦਾ ਮੈਂ ਹਵਾਲਾ ਪੁੱਛਦੇ ਗਲਤ ਕਿਉਂ ਲਿਖਿਆ ਬੋਲੀ ਜਾਏਗਾ ਪਾਗਲ ਅੱਛਾ ਮੈਂ ਆ ਗਿਆ ਇੱਥੇ ਬਹਿ ਗਿਆ ਮੈਂ ਪਾਗਲ ਨੀ ਮੈਨੂੰ ਯਾਰ ਤੂੰ ਕਿੱਥੋਂ ਰਹਿ ਗਿਆ ਪਾਗਲ ਮੈਂ ਪਾਗਲ ਆ ਗਿਆ ਤੂੰ ਕਰਦਾ ਮਨਾਜ਼ਰਾ ਮੇਰਾ ਖਾ ਹਵਾਲਾ ਕਰ ਦੇ ਤੇਰੇ ਕੋਲ ਹਵਾਲਾ ਨਾ ਉਹਦੇ ਕੋਲ ਹਵਾਲਾ ਨਾ ਉਹਦੇ ਕੋਲ ਜਦੋਂ ਹਵਾਲਾ ਹੀ ਨਹੀਂ ਕਰੀ ਜਾਓ ਨਵੀਂ ਤਹਿਰੀਕ ਦੁਬਾਰਾ ਨਵੀਂ ਤਹਿਰੀਰ ਕਰ ਲਓ ਮੇਰੀ ਇਹ ਸੁਣ ਲਓ ਗੱਲ
बकवास कर बरादरां ना माहौल जिस तरह गुफ्तगू हुई थी ना छड के गया स्वाद नहीं आया जेड़ा हुंदा ना जात दे कपड़ियां तो नहीं बात सुनो मेरी एक मिनट ना जांदा बात गल ते सुनो जेड़ा हुंदा ना कपड़ियां तो बाहर होना या मतलब मैं एक दूजे दी करतूतां जात याद दे उत्ते ओ असी सारे वाकिफ आवा असी नहीं बल्कि इलाका भी वाकिफ है इंशाल्लाह इहो जियां बातां जिहड़ियां करनी ने जात याद दियां उत्ते बात या मनाजरा ना लिंक चल रहा है अगर नहीं तो निबदा किताब के मुताबिक मनीर नीब ना नहीं निपता जब तक हवाला ना विखाओ जिनी मर्जी तकरीर मामा ने पवा लोगे तेरा उत्तर लफ़ज़ है तू इत्थे लफ़ज़ है लड़ू नहीं नहीं कोई बात तू तेरा वाला परहेज करना जो उसे तहरीर लिख लो बात तो तू भी ना करा यार आप साहब कर लग जाए सभी ये रो ही बात ये क्या कर यार गलते सोने मेरी जेते तो आदम दे ठीक भाई जान जेते राणा साहब तू सानू ना बीबिया बिंदिया जेदे हवाले बखवा सकन बड़े प्यार ना जदों मर्जी हुण मर्जी जदों मर्जी बड़े प्यार ना बिल्कुल एक चलो ए हाल ना एक कौंसल च लै जा थाने नहीं नहीं जदों मर्जी खादा हवाले देखने हवाले देखने ने ना ठीक ताले पिक्की में नहीं बखावांगे एक मिनट अदा क्या वेख एक इने रड़ो साडा कोई लड़ हवाले देखने ने ना ओए आ जाबा कहंदा बिल्कुल कोई यार एक मिनट इस तरह इसे इसे रू नाल चली हवाले देखने ने ਤੁਹਾਡਾ ਫਰਜ਼ ਹੈ ਉਹਨਾਂ ਨੂੰ ਕਹਿਣਾ ਇਹਨਾਂ ਦਾ ਫਰਜ਼ ਹੈ ਵਿਖਾਣਾ ਹਾਂ ਬਿਲਕੁਲ ਹਵਾਲੇ ਸਹੀ ਤੇ ਦਰਦਬਾਰ ਸਹੀ ਦੂਜੇ ਨੰਬਰ ਤੇ ਵੇ ਜਦੋਂ ਗੁਫ਼ਤਗੂ ਜਦੋਂ ਤੇ ਗੱਲਬਾਤ ਹੁੰਦੀ ਹੈ ਇਸ ਲਹਿਜੇ 'ਚ ਗੱਲ ਕਰੋ ਨਾ ਜਜ਼ਬਾਤ 'ਚ ਨਾ ਜਜ਼ਬਾਤ ਵੀ ਹੈ ਜਿੱਥੇ ਝੂਠੇ ਹੁੰਦੇ ਨੇ ਉੱਥੇ ਇਹਨਾਂ ਨੂੰ ਆਖੋ ਕਿ ਤੁਸੀਂ ਝੂਠੇ ਹੋ ਜਿੱਥੇ ਕੋਈ ਬਾਤ ਝੂਠਿਆਂ ਵਾਲੀ ਤੁਹਾਡੀ ਆਉਂਦੀ ਹੈ ਉਦੋਂ ਤੁਸੀਂ ਵੀ ਤਸਲੀਮ ਕਰ ਦਿਓ ਅਸੀਂ ਬਿਲਕੁਲ ਤਸਲੀਮ ਕਰ ਦਿਓ ਤਸਲੀਮ ਕਰੋ ਇੱਕ ਹਵਾਲਾ ਹੁਣ ਜੀ ਦੇ ਵੇ ਅਸੀਂ ਆਗਾ ਠੀਕ ਹੈ ਵੇਖੋ ਹੁਣ ਕਿਤਾਬ ਜਿਹੜੀ ਹੈ ਤੁਸੀਂ ਲਿਖਿਆ ਤਾਂ ਉੱਥੇ ਇੱਕ ਮਿੰਟ ਕੀਤੇ ਉਸੇ ਵੇਲੇ ਆ ਜਿਹੜੀ ਤਰੀਰ ਹੈ ਤੁਹਾਡੀ ਹਾਂਜੀ तहरीर आओ ये पढ़ी है पढ़ी लिखी आप ये देख की लिखा जे ते ए दे मुताबिक एक किताब दा पाबंद हो हां पाबंद है इस किताब दे तहरीर दी रूह नाल इस तहरीर दे ते तुसी इनू आखो के ठीक है अगर नहीं बखांदा इस दी रूह ना मैं अजे पढ़िया नहीं है सही फिर ये झूठा है अगर किताब वालों पाबंद नहीं
दलैल किताबां मैं विखाना जिहड़ियां बातां दित्तियां ने अगर नहीं उन्हें विखाइयां दूसरा आ गया एक होर आ गया तीन चार मौलवी आले दुआले पिंड घेरा पा लिया उन्हें एक साडी गल नहीं सुनी असा अंदाजा ला लिया भी यह असल साडे मुख्य की तरफ गौर करने वास्ते तैयार नहीं सिर्फ अपनी तकरीर की तैयारी कर रहे हैं अंदर फलानी किताब लिया अंदर कुतुबाना भीर का इन्होंने अपनी तकरीर की सिर्फ तैयारी सानू सुनाई सानू असल जिहड़े चीज का असीं इत्थे नाल लै के खुश सुनू सानू किहड़ी मुसीबत पई सी जरूर तैयारी इहदे फिरके बाद ही रोज पई चलदी रोज मसले होंदे इस वास्ते आए सानू जिहड़े मकसद वास्ते कोई तरन मैं तुहानू अगाह कीता सी कि असीं हवाले चाहुंदे आ सानू ते असल च पता लग्गा तहकीक होई है कि यह हवाला दुर्रे मुख्तार जिल दे सफा मंजा च नहीं दुर्रे मुख्तार विच यह है अच्छा जो दुर्रे मुख्तार च नहीं दूसरी तावीलात ने इन्हां नूं आंदे तावीला अच्छा सुन लेना इन्हां नूं आंदे तावीला तावीला दा असीं दोबारा लिख दिंदे असीं फिर लिख दिंदे अगर यह गल सुन अगर किसी किताब आंदी दोबारा बना लगा वक्खरा बना फिर बना ईमानदारी करनी चाहिए भाव अपना कमीना लड़ाई मकान का नाम नहीं आखो बड़ी भलेमान जी डिग्री आ रही ਮੈਂ ਅਜੇ ਪੜ੍ਹੀ ਉਹ ਨਾ ਲਿਖਿਆ ਹੋਇਆ ਤੇਰੀ ਰੂਹ ਨਾਲ ਪਾਬੰਦ ਬਣਾਉਂਦੇ ਮੇਰੀ ਤੇਰੀ ਬਾਤ ਇਹ ਤਹਿਰੀਰ।